ਲੋਕਾਂ ਦਾ ਜੋ ਰੁਝਾਨ ਹੈ ਜੀ ਉਹ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੱਲਾਂ ਮਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਈ ਸ਼ਾਨਦਾਰ ਜਿੱਤ ਹਾਸਲ ਕੀਤੀ ਹੁਣ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਰਚਮ ਲਹਿਰਾਏਗਾ ਅੱਜ ਮੈਂ ਇੱਥੇ ਡਿਫੈਂਸ ਕਲੋਨੀ ਵਾਰਡ ਦੇ ਵਿੱਚ ਸਰਦਾਰ ਜਤਿੰਦਰ ਸਿੰਘ ਸਾਂਧੀ ਦੀ ਕੰਪੇਨ ਦੇ ਵਿੱਚ ਮੈਂ ਆਇਆ ਹਾਂ ਮੈਂ ਜੋ ਮਾਹੌਲ ਦੇਖਿਆ ਹੈ ਲੋਕਾਂ ਦਾ ਇਹ ਜੋ ਇਲਾਕਾ ਹੈ ਭੋਗਲ ਦਾ ਇਲਾਕਾ ਇਹ ਪੰਥਕ ਇਲਾਕਾ ਹੈ ਇੱਥੇ ਜੋ ਉਮੀਦਵਾਰ ਹਨ ਦੋਨੋਂ ਹੀ ਕਾਂਗਰਸ ਦੇ ਇਸ਼ਾਰੇ 'ਤੇ ਉਹ ਖੜ੍ਹੇ ਹੋਏ ਹਨ ਕਿਉਂਕਿ ਇਹ ਦੋਨੋਂ ਲੋਕ ਪਰਮਜੀਤ ਸਿੰਘ ਸਰਦਾ ਅਤੇ ਦੂਸਰਾ ਤਰਵਿੰਦਰ ਸਿੰਘ ਮਰਵਾ ਜੋ ਇਸ ਇਲਾਕੇ ਦਾ MLA ਹੈ ਜੋ ਕੁਛ ਉਹਨੇ ਕੀਤਾ ਹੈ ਗੁਰਦੁਆਰਿਆਂ ਵਾਸਤੇ ਜਾਂ ਗੁਰਦੁਆਰਾ ਬਾਲਾ ਸਾਹਿਬ ਦੇ ਉਹ ਤੁਹਾਡੇ ਸਾਹਮਣੇ ਹੈ ਅੱਜ ਤੱਕ ਜੋ ਲੜਾਈ ਲੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੜੀ ਹੈ ਗੁਰਦੁਆਰਾ ਬਾਲਾ ਸਾਹਿਬ ਵਾਸਤੇ ਇਹ ਲੋਕ ਆਪਣੀ ਝੂਠੀ ਸ਼ੋਹਰਤ ਵਾਸਤੇ ਵਾਈ ਲੈਂਦੇ ਪਏ ਹਨ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਕਾਂਗਰਸ ਦੇ ਏਜੰਟਾਂ ਤੋਂ ਬਚੋ ਅਤੇ ਜੋ ਸ਼ਹੀਦਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਅਤੇ ਬਾਲਟੀ ਉੱਤੇ ਮੋਹਰ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਅਕਾਲ ਤਖਤ ਸਭ ਤੋਂ ਸਰਵੋਚ ਹੈ ਪਰਮਜੀਤ ਸਿੰਘ ਸਰਨਾ ਜਿਹੜੇ ਅਕਾਲ ਤਖਤ ਦੀ ਅਵੇਲਨਾ ਕਰਕੇ ਅਲੱਗ ਅਲੱਗ ਤਰੀਕਾਂ 'ਤੇ ਗੁਰਪੁਰਬ ਮਨਾਉਂਦੇ ਨੇ ਅਤੇ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ ਸਾਡੀ ਐਜੂਕੇਸ਼ਨ ਦੀ ਮਿਆਦ ਗਿਰਦੀ ਜਾ ਰਹੀ ਹੈ ਹੋਸਪਿਟਲ ਦਾ ਹਾਲ ਬਾਲਾ ਸਾਹਿਬ ਗੁਰਦੁਆਰੇ 'ਚ ਉਹਨਾਂ ਨੇ ਜੋ ਕੀਤਾ ਹੋਇਆ ਉਹ ਸੰਗਤਾਂ ਨੂੰ ਨਜ਼ਰ ਆ ਰਿਹਾ ਹੈ ਉਹ ਇਸੇ ਇਲਾਕੇ 'ਚ ਹੋਸਪਿਟਲ ਹੈਗਾ ਇਸ ਕਰਕੇ ਇੱਥੇ ਦੀਆਂ ਸੰਗਤਾਂ ਜ਼ਿਆਦਾ ਅਵੇਅਰ ਨੇ ਉਹਦੇ ਬਾਰੇ ਅਤੇ ਉਹ ਇਸ ਵਾਰੀ ਉਹਨਾਂ ਨੂੰ ਦਿਖਾਉਣਗੀਆਂ ਕਿ ਜੋ ਕਰਮ ਕਰ ਰਹੇ ਨੇ ਉਹਦਾ ਕੀ ਤਰੀਕਾ ਅਤੇ ਕੀ ਉਪਾਅ ਕਰਨਗੇ ਉਹ ਅਤੇ ਇਸ ਵਾਰੀ ਜਿਹੜੀ ਵੋਟ ਹੈ ਉਹ ਆਪਣੇ ਆਪ ਹੀ ਪੰਥ ਦੇ ਨਾਲ ਚੱਲੇਗੀ ਅਤੇ ਪੰਥ ਨੂੰ ਜਿਤਾ ਕੇ ਆਪਣੀ ਕੌਮ ਨੂੰ ਅੱਗੇ ਵਧਾਏਗੀ।